माँ जिसके घर के आंगन से खुशियां आते आते रह गईं, वो माँ जिसने अपने बेटे का आखिरी बार जूड़ा बनाया हो, कैसे उस माँ के दिल से हाय निकली, बद्दुआ निकली, जरा ये सुनिए। बड़ी दुख की गल है, मेरा पुत मर गया, असि झल लेंगे, असि गड्डी ओढ़ लेंगे, तुम सारे जने आपो आगे इतने हथ करके देखो, जेड़ी मेरी नूह बन वाली सी, किस दी धी है, किस दी भैण है, सानू उहदी जिंदगी बारे देख दे के साडा खून वध रहा है, जे साडा साथ कोई भी दूंगा, साथ भी दूंगा, पर मेरा पुत भक्त सी, ओहदा जिउंदे नाल जिहड़ा इहनां ने ठगियां मारियां ने ना, ਜਿਉਂਦਿਆਂ ਨੇ ਥੱਲੀਆਂ ਕਰਾਈਆਂ ਹੋਈਆਂ ਨੇ ਪਰਮਾਤਮਾ ਨੇ, ਉਹ ਇਹ ਨਾ ਥੱਲਣ ਵੀ ਅਸੀਂ ਇੰਡੀਆ ਛੱਡ ਕੇ ਉੱਥੇ ਕੈਨੇਡਾ ਜਾ ਕੇ ਅਸੀਂ ਬਸ ਜਾਵੇ, ਰੱਬ ਦੀ ਮਾਤ ਤੋਂ ਨਹੀਂ ਬਚ ਸਕਦੇ ਉਹ, ਇਹ ਮੇਰਾ ਵਾਅਦਾ, ਮੈਨੂੰ ਮੇਰੇ ਪੁੱਤ ਤੇ ਭਰੋਸਾ ਸੀ, ਮੇਰਾ ਪੁੱਤ ਸੱਚਾ ਸੁੱਚਾ ਇਨਸਾਨ ਸੀ, ਜਿਹੜੇ ਸਾਡੇ ਜਿਹੜੇ ਹਿਸਾਬ ਨਾਲ ਸਾਡੇ ਨਾਲ ਗੱਲਾਂ ਕਰਦਾ ਹੁੰਦਾ ਸੀ, ਪਰ ਜਿਹੜੀ ਅੱਜ ਉਹਦੇ ਪਰਿਵਾਰ ਨਾਲ ਤੇ ਉਹ ਮਾੜੀ ਤੇ ਸਰਕਾਰੀ ਨਾਲ ਕੀਤੀ ਹੈ, ਇਹਨਾਂ ਲੋਕਾਂ ਨੇ ਵੀ ਕੀਤੀ ਹੈ ਨਾ, ਜਿਹੜੇ ਖੁਸਰਾਏ ਹੋਏ ਗੰਦੇ ਲੋਕ ਹੈ, ਉਹਨਾਂ ਨੇ ਵੀ ਧੀਆਂ ਭੈਣਾਂ ਮਾਮਾ ਹੈਗੀਆਂ ਨੇ, ਮੇਰੀ ਬਾਤ ਤੋਂ ਬਾਅਦ ਮੈਂ ਤਾਂ ਕਹਿੰਦੀ ਰੱਬ ਕਰਕੇ ਜਿਹੜਾ ਕੋਈ ਇਨਸਾਫ ਨਹੀਂ ਦੇ ਰਿਹਾ ਮੇਰੇ ਬੱਚੇ ਨੂੰ, ਉਹਨੇ ਮੈਂ ਧੀਆਂ ਵੀ ਇਹੀ ਬਿਲਕੁਲ, ਮੇਰੀ ਬਾਤ ਤੋਂ ਬਾਅਦ ਮੈਂ ਤਾਂ ਕਹਿੰਦੀ ਰੱਬ ਕਰਕੇ ਜਿਹੜਾ ਕੋਈ ਇਨਸਾਫ ਨਹੀਂ ਦੇ ਰਿਹਾ ਮੇਰੇ ਬੱਚੇ ਨੂੰ, ਉਹਨੇ ਮੈਂ ਧੀਆਂ ਵੀ ਇਹੀ ਬਿਲਕੁਲ। ਸਿੱਧੂ ਮੂਸੇਵਾਲਾ ਕੀ ਮਾਂ ਨੇ ਕਿਹਾ ਕਿ ਕਾਨੂੰਨ ਸੇ ਬਚ ਜਾਓਗੇ ਲੇਕਿਨ ਭਗਵਾਨ ਸੇ ਨਹੀਂ ਬਚ ਪਾਓਗੇ, ਮਗਰ ਹਮ ਇਸ ਰਿਪੋਰਟ ਕੇ ਅੰਤ ਮੇਂ ਕਹੇਂਗੇ ਕਿ ਹੋ ਸਕਤਾ ਹੈ ਕਿ ਇੱਕ ਬਾਰ ਕੋ ਤੁਮ ਦਰਿੰਦੇ ਭਗਵਾਨ ਸੇ ਵੀ ਬਚ ਜਾਓ, लेकिन एक माँ की हाय से, एक माँ की बद्दुआ से कभी कोई नहीं बच पाया है, बस अब अंजाम के लिए तैयार रहना। फाइनल कॉट न्यूज डेस्क।